इन्हें मदई तो गुरदयाल सिंह तो 40,000 रुपए की डिमांड की परचा दर्ज करने से मदद करने की खातर ਜਿਹੜਾ ਇਹਨਾਂ ਦਾ 20,000 ਰੁਪਏ ਵਿੱਚ ਕੰਪਰੋਮਾਈਜ਼ ਹੋ ਗਿਆ ਤੇ ਉਹਨਾਂ ਨਾਲ ਮੇਰੀ ਭੂਤ ਕਰਕੇ ਤੇ ਇਹਨੇ ਸਾਹ ਗੰਢ ਕਰਕੇ ਮੇਰੇ ਕੋਲ ਅੱਜ ਆਇਆ ਕਹਿੰਦਾ ਮੇਰੇ ਸਿੰਮੀ ਦੀ ਹਸਪੀਟਲ ਕੋ ਦੇ ਵਿੱਚ ਮੇਰੇ ਘਰੇ ਪੁੱਤਰ ਆਇਆ ਤੇ ਮੈਂ ਤੁਹਾਨੂੰ ਮਠਿਆਈ ਦੇਣ ਆਇਆ ਮਠਿਆਈ ਦਾ ਡੱਬਾ ਮੈਨੂੰ ਦੇ ਦਿਆ ਡੱਬਾ ਮੈਂ ਫੜਿਆ ਡੱਬਾ ਸਿਰਫ ਇਕੱਲਾ ਫੜਿਆ ਇਸ ਤੋਂ ਇਲਾਵਾ ਕੁਛ ਨਹੀਂ ਮੈਂ ਫੜਿਆ 10,000 ਰੁਪਇਆ ਜਿਹੜਾ ਅੱਜ ਲੈਣਾ ਸੀਗਾ ਉਹ ਸਰਕਾਰੀ ਕੋਲ ਵਿਸ਼ਵ ਦੀ ਪਾਵਾ ਉਹਨਾਂ ਦੀ ਹਾਜ਼ਰੀ ਵਿੱਚ ਇਹਨਾਂ ਨੂੰ ਅਸੀਂ ਵੂਮਨ ਸੈਲ ਫਾਜ਼ਿਲਕਾ ਥਾਣਾ ਸਦਰ ਫਾਜ਼ਿਲਕਾ ਦੀ ਬਿਲਡਿੰਗ ਦੇ ਵਿੱਚੋਂ ਰੈੱਡ ਹੈਂਡਡ ਗ੍ਰਿਫਤਾਰ ਕੀਤਾ ਹੈ ਇਹ ਸ਼ਿਕਾਇਤਕਰਤਾ ਗੁਰਦਿਆਲ ਸਿੰਘ ਪੁੱਤਰ ਗੰਗਾ ਸਿੰਘ ਆਵਾਸੀ ਮੰਡੀ ਹਜੂਰਾ ਸਿੰਘ ਫਾਜ਼ਿਲਕਾ ਉਹਨੇ ਸਾਡੇ ਕੋਲ ਵਿਜੀਲੈਂਸ ਦਫ਼ਤਰ ਆ ਕੇ ਸ਼ਿਕਾਇਤ ਕੀਤੀ ਸੀ ਬਿਆਨ ਲਿਖਾਇਆ ਵੀ ਉਹਦੇ ਸਾਲੇ ਅਸ਼ਵਨੀ ਕੁਮਾਰ ਵਾਸੀ ਬੁੰਬੇ ਕੇ ਦੀ ਲੜਕੀ ਨਵਜੋਤ ਕੌਰ ਜਿਹੜੀ ਕਿ ਨਾਬਾਲਗ ਸੀ ਉਹਦੇ ਨਾਲ ਜਬਰ ਜਨਾਹ ਹੋਇਆ ਸੀ ਉਸ ਸੰਬੰਧੀ ਕਾਰਵਾਈ ਕਰਨ ਐਫ ਆਈ ਆਰ ਦਰਜ ਕਰਨ ਅਤੇ ਇਹਨੇ ਆਪਣੇ ਕੰਪਲੇਂਟ ਕੀਤੀ ਸੀਗੀ ਥਾਣਾ ਸਦਰ ਫਾਜ਼ਿਲਕਾ ਜਿਹੜੀ ਕਿ ਇੰਸਪੈਕਟਰ ਬਖਸ਼ੀਸ਼ ਕੌਰ ਨੂੰ ਮਾਰਕ ਹੋਈ ਇੰਸਪੈਕਟਰ ਬਖਸ਼ੀਸ਼ ਕੌਰ ਇੰਚਾਰਜ ਗੋਮਨ ਸੈੱਲ ਫਾਜ਼ਿਲਕਾ ਜਿਹੜੀ ਇੱਥੇ ਇੰਚਾਰਜ ਲੱਗੀ ਹੈ ਇਹਨੇ ਤੋਂ ਇਹਨੇ ਮਦਈ ਤੋਂ ਗੁਰਦਿਆਲ ਸਿੰਘ ਤੋਂ 40,000 ਰੁਪਏ ਦੀ ਡਿਮਾਂਡ ਕੀਤੀ ਪਰਚਾ ਦਰਜ ਕਰਨ ਤੇ ਉਹਦੀ ਮਦਦ ਕਰਨ ਦੀ ਖਾਤਰ ਜਿਹੜਾ ਇਹਨਾਂ ਦਾ 20,000 ਰੁਪਏ ਵਿੱਚ ਕੰਪਰੋਮਾਈਜ਼ ਹੋ ਗਿਆ ਰਾਜੀਨਾਮਾ ਹੋ ਗਿਆ ਸੌਦਾ ਤੈਅ ਹੋ ਗਿਆ ਇਹਨੇ 8,000 ਰੁਪਏ 1 ਨਵੰਬਰ ਅਤੇ 3 ਨਵੰਬਰ ਨੂੰ ਲੈਣੇ ਸੀਗੇ ਬਾਕੀ ਇਹਨੇ 10,000 ਰੁਪਇਆ ਜਿਹੜਾ ਅੱਜ ਲੈਣਾ ਸੀਗਾ ਉਹ ਸਰਕਾਰੀ ਕੋਲ ਵਿਸ਼ਵ ਦੀ ਪਾਵਾ ਵੈਟਨਰੀ ਅਫਸਰ ਨਿਹਾਲ ਖੇੜਾ ਅਤੇ ਸਰਦੀਪ ਕੁਮਾਰ ਐਸ ਐਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਉਹਨਾਂ ਦੀ ਹਾਜ਼ਰੀ ਵਿੱਚ ਇਹਨਾਂ ਨੂੰ ਅਸੀਂ ਵੂਮਨ ਸੈੱਲ ਫਾਜ਼ਿਲਕਾ ਥਾਣਾ ਸਦਰ ਫਾਜ਼ਿਲਕਾ ਦੀ ਬਿਲਡਿੰਗ ਦੇ ਵਿੱਚੋਂ ਰੈੱਡ ਹੈਂਡਡ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਐਫ ਆਈ ਆਰ ਨੰਬਰ 27 ਅੱਜ ਦੀ ਤਰੀਕ ਹੈ 10/11/22 ਅੰਡਰ ਸੈਕਸ਼ਨ 7 ਪੀਸੀ ਐਕਟ ਦਰਜ ਰਜਿਸਟਰ ਕਰਕੇ ਜਿਹੜੀ ਤਫਤੀਸ਼ ਜਾਰੀ ਹੈ ਸਰ ਕਿੰਨੀ ਪੇਮੈਂਟ ਹੁਣ ਤੱਕ ਜਿਹੜੀ ਇਹਨਾਂ ਕੋਲ ਜਾ ਚੁੱਕੀ ਹੈ ਇਹਨਾਂ ਨੇ ਮਦਈ ਦੇ ਬਿਆਨ ਦੇ ਮੁਤਾਬਕ 8,000 ਰੁਪਇਆ ਪਹਿਲਾਂ ਲੈ ਲਿਆ ਸੀ 1 ਨਵੰਬਰ ਅਤੇ 3 ਨਵੰਬਰ ਨੂੰ ਤੇ ਜਿਹੜਾ ਹੈਗਾ 10,000 ਰੁਪਇਆ ਅੱਜ ਇਹਨੇ ਅੱਜ ਦਿੱਤਾ ਰੈੱਡ ਹੈਂਡ ਮਤਲਬ ਟੋਟਲ 18,000 18,000 ਤੇ ਸੌਦਾ ਕਿੰਨੇ ਚ ਸੌਦਾ ਇਹਨਾਂ ਦਾ 20,000 ਚ ਹੋਇਆ ਸੀਗਾ ਉਹਦੇ ਤੋਂ ਪੈਸਿਆਂ ਦੀ ਥੋੜੀ ਜਿਹੀ ਉਹ ਪ੍ਰੋਪਰ ਪੈਸੇ ਉਹਨਾਂ ਤੋਂ ਫੜ ਕੇ ਲਿਆ ਦਾ ਜੀ ਕੇਸ ਕੀ ਸੀਗਾ ਜਿਹੜਾ ਇਹ 376 ਦਾ ਕੇਸ ਸੀ ਜੀ ਜਬਰ ਜਨਾਹ ਦਾ ਜਿਹੜਾ ਮਦਈ ਹੈਗਾ ਸ਼ਿਕਾਇਤ ਕਰਤਾ ਉਹਦੀ ਭਤੀਜੀ ਆ ਉਹਦੇ ਤੇ ਜਬਰ ਜਨਾਹ ਉਹਦੇ ਨਾਲ ਹੋਈ ਸੀ ਤੇ ਉਹਦੀ ਕਾਰਵਾਈ ਕਰਨ ਬਦਲੇ ਇਹਦੀ ਰਿਸ਼ਵਤ ਲਈ ਕੀ ਐਫ ਆਈ ਆਰ ਕਰਾਉਣ ਦੇ ਬਦਲੇ ਮੰਗੇ ਗਏ ਸੀਗੇ ਜੀ ਐਫ ਆਈ ਆਰ ਦਰਜ ਹੋ ਗਈ ਸੀਗੀ ਉਹਦੀ ਜੀ ਕਾਰਵਾਈ ਕਰਨੀ ਉਹਦੀ ਅਰੈਸਟ ਪਾਉਣੀ ਸਾਰਾ ਕੁਝ ਕਰਨਾ ਮੁਕਦਮਾ ਦਰਜ ਕਰਾਇਆ ਸੀ ਇਹਨਾਂ ਨੇ ਫੋਕਸੋ ਐਕਟ ਦੇ ਮੈਂ ਤੁਹਾਨੂੰ ਜੇਕਰ ਝੂਠਾ ਹੋਏਗਾ ਤਾਂ ਤੁਹਾਡੇ ਤੇ 182 ਲੱਗੇਗੀ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਮੈਂ 4 ਲੇਡੀ ਤੇ ਪਰਚਾ ਦਰਜ ਕੀਤਾ 420 ਚ ਅੰਦਰ ਕੀਤੀਆਂ ਨੇ ਉਹਨਾਂ ਦੀ ਮਿਲੀ ਭੁਗਤ ਕਰਕੇ ਇਹਨਾਂ ਨੇ ਗੁਰਦਿਆਲ ਸਿੰਘ ਜਿਹੜਾ ਨਾ ਤਾਂ ਕੋਈ ਇਹਨਾਂ ਦੇ ਰਿਸ਼ਤੇਦਾਰੀ ਦਾ ਕੁਛ ਇਹ ਕਹਿੰਦਾ ਵੀ ਮੈਨੂੰ ਵੈਸੇ ਉਹ ਜਨਾਨੀ ਜਾਣਦੀ ਉਹ ਜਨਾਨੀ ਦੇ ਘਰ ਵਾਲਾ ਜੇਲ੍ਹ ਚ ਆ ਜੀ ਜਿਹੜੀ ਲੜਕੀ ਦਾ ਪਿਤਾ ਜੀ ਤੇ ਇਹ ਉਹਨਾਂ ਨਾਲ ਮਿਲੀ ਭੁਗਤ ਕਰਕੇ ਤੇ ਇਹਨੇ ਸਾਹ ਗੰਢ ਕਰਕੇ ਮੇਰੇ ਕੋਲ ਅੱਜ ਆਇਆ ਕਹਿੰਦਾ ਮੇਰੇ ਸਿੰਮੀ ਦੀ ਹਸਪੀਟਲ ਕੋ ਦੇ ਵਿੱਚ ਮੇਰੇ ਘਰੇ ਪੁੱਤਰ ਆਇਆ ਤੇ ਮੈਂ ਤੁਹਾਨੂੰ ਮਠਿਆਈ ਦੇਣ ਆਇਆ ਮਠਿਆਈ ਦਾ ਡੱਬਾ ਮੈਨੂੰ ਦੇ ਦਿਆ ਡੱਬਾ ਮੈਂ ਫੜਿਆ ਡੱਬਾ ਸਿਰਫ ਇਕੱਲਾ ਫੜਿਆ ਇਸ ਤੋਂ ਇਲਾਵਾ ਕੁਛ ਨਹੀਂ ਮੈਂ ਫੜਿਆ ਤੇ ਨਾ ਹੀ ਮੈਨੂੰ ਪਤਾ ਇਹਨਾਂ ਨੂੰ ਕਹਿੰਦਾ ਮੈਂ ਇਹਨਾਂ ਦੇ ਥੱਲੇ ਪੈਸੇ ਰੱਖਦਾ ਅੱਛਾ ਨਾ ਮੈਨੂੰ ਇਹਨਾਂ ਦੇ ਹਜ਼ੂਰ ਸੇ ਮੰਡੀ ਤੇ ਮੈਂ ਪਹਿਲਾਂ ਵੀ ਮੁਕਦਮੇ ਦਰਜ ਕੀਤੇ ਨੇ ਪਰਚੇ ਕੀਤੇ ਨੇ ਨਹੀਂ ਇਹਨਾਂ ਦੇ ਆਣ ਰਿਸ਼ਤੇਦਾਰੀ ਚ ਇਹ ਉਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਕੋਈ ਕੁਛ ਨਹੀਂ ਹੈਗਾ ਲੜਕੀ ਦਾ ਪਰ ਇਸ ਡੁੰਬੇ ਕੇ ਪਿੰਡ ਦੇ ਵਿੱਚ 420 ਚ ਲੇਡੀਜ਼ ਅੰਦਰ ਕੀਤੀਆਂ ਨੇ ਇਹ ਇੱਕ ਉਹਨਾਂ ਦੀ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਮੈਨੂੰ ਫਸਾਇਆ ਠੀਕ ਕੋਈ 8,000 ਰੁਪਏ ਪਹਿਲਾਂ ਵੀ ਦਿੱਤਾ ਗਿਆ ਕਿ ਨਾ ਮੈਂ ਕੋਈ ਪੈਸਾ ਨਹੀਂ ਲਿਆ ਠੀਕ ਹੈ ਨਾ ਹੀ ਮੈਂ ਕੋਈ ਮੰਗ ਕੀਤੀ ਠੀਕ ਹੈ ਸਾਰੀਆਂ ਰਿਪੋਰਟਾਂ ਦੇ ਦਿੰਦੇ ਅਸੀਂ ਇਹਨਾਂ ਨੂੰ ਚਲੋ ਕੋਈ ਗੱਲ ਨਹੀਂ ਹੁੰਦਾ ਜੋ ਹੈ ਪੈਸੇ ਦੀ ਡਿਮਾਂਡ ਵਾਲੀਆਂ